ਹਾਂਜੀ ਐਸਐਚਓ ਸਾਹਿਬ ਇਹਨਾਂ ਨੂੰ ਦੱਸਿਆ ਕਿ ਮੇਰਾ ਮਾਮਾ ਇਹ ਸਾਨੂੰ ਸਲੂਟ ਮਾਰਦੇ ਪੁਲਿਸ ਆ ਗਈ ਹੈ ਤੇ ਅਸਲ ਪੁਲਿਸ ਵੀ ਆ ਗਈ ਹੈ ਮੈਂ ਸਵਾਦ ਚ ਵੜ ਗਿਆ ਇੱਥੇ ਮੈਂ ਆਪਣਾ ਸੀਨ ਯਾਦ ਕਰ ਰਿਹਾ ਅੱਛਾ ਹੁਕਾ ਪੀ ਕੇ ਓਦਾਂ ਹੀ ਕਰਕੇ ਦਿਖਾਵਾਂ ਥੋੜਾ ਉਹ ਤੂੜੀ ਵਾਲੀ ਪੰਡ ਜਿਹੜੀ ਇੱਥੋਂ ਸਿਰ ਤੇ ਰੱਖਣੀ ਆ ਤੇ ਉਥੋਂ ਰਸ਼ ਸਾਹਿਬ ਦਾ ਸੀਨ ਸਟਾਰਟ ਹੋਣਾ ਲੱਗਣਾ ਸਾਹਿਬ ਬਾਦਰ 5 ਲੱਖ ਰੁਪਈਆ ਲੈ ਲਾ ਮੇਰੇ ਭਰਾ ਨੂੰ ਛੱਡ ਦੇ ਅਸੀਂ ਨਾ ਬਣਾ ਰਹੇ ਸੀ ਤੇ ਉਹ ਤੋਂ ਮੀਂਹ ਪੈ ਗਿਆ ਮੀਂਹ ਸ਼ੁਰੂ ਹੋ ਗਿਆ ਸਾਡਾ ਐਸਐਚਓ ਗਿੱਲਾ ਹੋਣ ਲੱਗਿਆ ਸੀ ਫਿਰ ਅਸੀਂ ਅੰਦਰ ਲੈ ਆਏ ਸਾਹਿਬ ਬਾਦਰ 5 ਲੱਖ ਰੁਪਈਆ ਲੈ ਲੈ ਮੇਰੀ ਫਿਲਮ ਚ ਹਿਰਵਨ ਪਾ ਦੇ ਛੜਿਆਂ ਦੀ ਫਿਲਮ ਵਿੱਚ ਜਨਾਨੀ ਕੋਈ ਪਾ ਦੇ ਕੋਈ ਜਨਾਨੀ ਪਾਈ ਨੀ ਭਾਜੀ ਜਨਾਨੀ ਉੱਥੇ ਹੈ ਫੋਨ ਦੀ ਬੋਤਲ ਦੇਣ ਨੂੰ ਤਿਆਰ ਨਹੀਂ ਸਾਹਿਬ ਜੀ ਖੂਨ ਦੇਗਾ ਹਾਂਜੀ ਮੇਰਾ ਇਹ ਨੈਗੇਟਿਵ ਖੂਨ ਹੈ ਸਰਦਾਰ ਜੀ ਮੈਂ ਉਹ ਬੋਤਲ ਦੇਣ ਨੂੰ ਤਿਆਰ ਹਾਂ ਦੂਜਾ ਵਲੋਗ ਆ ਸਾਡੇ ਅੱਜ ਦੇ ਸ਼ੂਟ ਦਾ ਸੋ ਗੱਲਾਂ ਬਾਤ ਆਪਾਂ ਕਰਾਂਗੇ ਨਾਲ ਦੀ ਨਾਲ ਸ਼ੂਗਰ ਮੇਲਾ ਵੀ ਲਾਵਾਂਗੇ ਦੱਸਿਆ ਕਿ ਮੇਰਾ ਸਾਨੂੰ ਸਲੂਟ ਮਾਰਦੇ ਪੁਲਿਸ ਆ ਗਈ ਹੈ ਤੇ ਅਸਲ ਪੁਲਿਸ ਵੀ ਆ ਗਈ ਹੈ ਅਸਲ ਪੁਲਿਸ ਵੀ ਆ ਗਈ ਅਸਲ ਪੁਲਿਸ ਆ ਗਈ ਸਿਪਾਹੀਓ ਭਾਗ ਜਾਓ ਬਹੁਤ ਬਹੁਤ ਸੋਹਣਾ ਟਾਈਮ ਗੁਜ਼ਰਿਆ ਜੀ ਬਹੁਤ ਚੰਗਾ ਲੱਗਿਆ ਇੰਨਾ ਸਵਾਦ ਆਇਆ ਨਾ ਅੱਜ ਵੱਡੇ ਵੱਡੇ ਐਕਟਰ ਆਏ ਦੇਖ ਰਹੇ ਤੁਸੀਂ ਰਾਸ਼ਦ ਇਕਬਾਲ ਸਾਹਿਬ ਆ ਤੇ ਐਸਐਚਓ ਨਾਸਰ ਢਿੱਲੂ ਸਾਹਿਬ ਆ ਜੀ ਅੰਜਮ ਸਰੋਇਆ ਬੈਠਾ ਮਾਰ ਦੋ ਸਾਹਿਬ ਜੀ ਸਾਹਿਬ ਜੀ ਉੱਠ ਨਾ ਫੇਰ ਬੈਠ ਕੇ ਮਾਰ ਗੱਲ ਨੀ ਬਣਦਾ ਆ ਨੰਬਰ ਲਾ ਮਾਮੇ ਕਰਨਲ ਦਾ ਤੈਨੂੰ ਲੈਣ ਆਏ ਆ ਤੈਨੂੰ ਲੈਣ ਆਏ ਆ ਬੰਦਾ ਆ ਗਿਆ ਕਿੱਥੇ ਪਰਮਿਟ ਤੇਰਾ ਚਲਾਓ ਜੀ ਅਸਲ ਪੁਲਿਸ ਭੱਜ ਗਈ ਇੱਧਰ ਰਸ਼ ਸਾਹਿਬ ਮੈਂ ਕਿਹਾ ਮੌਸਮ ਵੀ ਬਹੁਤ ਵਧੀਆ ਬਣਿਆ ਈਵਨ ਲਾਈਟ ਹੋਇਆ ਕੀ ਕਰਨਾ ਤੂੰ ਬੱਕਰਾ ਬੱਕਰਾ ਵਾ ਬੱਕਰਾ ਵਾ ਖਾਧੀ ਸ਼ਾਇਦ ਕੋਈ ਨੀ ਨਾ ਮੈਂ ਸਵੇਰ ਦੀ
ਕੇਲੇ ਲਿਆਂਦੇ ਤੇਰੇ ਵਾਸਤੇ ਹੈਂ ਗਾਪੇ ਖਾ ਗਿਆ ਸਮੀ ਕੱਲਾ ਹੀ ਖਾ ਗਿਆ ਔਰ ਰਾਓ ਵੀ ਆ ਗਿਆ ਪੁਲਿਸ ਕਿੱਥੋਂ ਲਿਆਂਦੀ ਫੜ ਕੇ ਰੱਬ ਨੇ ਮੌਸਮ ਬਹੁਤ ਵੈਸੇ ਤੇ ਆਂਦੇ ਵੀ ਸੋਨੇ ਦੀ ਕਣੀ ਆਂਦੇ ਸੋਇਆ ਆਂਦਾ ਇਹਨਾਂ ਦਿਨਾਂ ਚ ਨਹੀਂ ਪੈਣੀ ਚਾਹੀਦੀ ਵਾਢੀਆਂ ਦਾ ਟਾਈਮ ਹੈ ਮੁੰਡੇ ਹੁੰਡੇ ਲੈਂਦੇ ਪਏ ਤੇ ਅਸੀਂ ਮੰਜੇ ਮੁੰਜੇ ਲੈ ਕੇ ਆ ਗਏ ਸਬਾਤਾਂ ਚ ਕਿਉਂਕਿ ਮੀਂਹ ਆ ਗਿਆ ਵਾਵਾ ਤੇ ਪੁਲਿਸ ਤੇ ਦੂਜੀ ਜਿਹੜੀ ਸਾਰੀ ਕਰੂ ਸਾਡਾ ਇਸ ਬਾਤ ਚ ਵੜ ਗਿਆ ਕਿਉਂ ਜੀ ਰਸ਼ ਸਾਹਿਬ ਮੈਂ ਕਿਹਾ ਕਰੂ ਵੜਦਾ ਹੁੰਦਾ ਵੈਂਟੀ ਵੈਨ ਚ ਸਬਾਤ ਚ ਵੜ ਗਿਆ ਇੱਥੇ ਮੈਂ ਆਪਣਾ ਸੀਨ ਯਾਦ ਕਰ ਰਿਹਾ ਜੀ ਅੱਛਾ ਹਾਂਜੀ ਹੁਕਾ ਪੀ ਕੇ ਓਦਾਂ ਹੀ ਕਰਕੇ ਦਿਖਾਵਾਂ ਥੋੜ੍ਹਾ ਜਿਹਾ ਉਹ ਤੂੜੀ ਵਾਲੀ ਪੰਡ ਜਿਹੜੀ ਇੱਥੋਂ ਸਿਰ ਤੇ ਰੱਖਣੀ ਆ ਤੇ ਉੱਥੋਂ ਰਸ਼ ਸਾਹਿਬ ਦਾ ਸੀਨ ਸਟਾਰਟ ਹੋਣਾ ਸਾਡੇ ਜਿਹੜੇ ਸਪਾਡੀ ਨੇ ਪਹਿਲੋਂ ਆ ਕੇ ਬਹਿ ਗਏ ਅਫਸਰ ਬਾਹਰ ਜਲੀਲ ਹੋਣ ਡੇ ਮੈਂ ਦੱਸਿਆ ਅਫਸਰ ਪੁਲਿਸ ਵਾਲੀ ਭੱਜ ਗਏ ਵੀਹ ਰੁਪਈਏ ਦੇ ਇਹਨਾਂ ਨੇ ਕਾਂਸਟੇਬਲ ਲੈ ਪਰਮਿਟ ਕਿੱਥੇ ਬਾਈ ਕਿੱਦਾਂ ਰਾਸ਼ਨ ਡਾਰ ਦਾ ਸੀ ਕਿੰਨੇ ਦਿਨ ਰਹੇ ਉੱਥੇ ਤੁਸੀਂ ਅਸੀਂ ਤਾਂ ਪਤਾ ਨੀ 20-22 ਦਿਨ ਅੱਛਾ ਕਿਤੇ ਕਿਤੇ ਲੈ ਜਾਂਦੇ ਇੱਕ ਵਾਰੀ ਗੁਆਚ ਗਏ ਉਹਨਾਂ ਦੇ ਲੈ ਕੇ ਗਏ ਉਹ ਵੀ ਗੁਆਚ ਗਏ ਬੜੀ ਰਾਤ ਨੂੰ ਉੱਥੇ ਫਾਰ ਹੋ ਗਏ ਉੱਥੇ ਤਾਂ ਖੌਫ ਹੀ ਬੜਾ ਹੁੰਦਾ ਅਸੀਂ ਰਾਤ ਉੱਥੇ ਰਹਿ ਗਏ ਆ ਰਾਤ ਉੱਥੇ ਰਹੇ ਗੋਪੇ ਸੁੱਤੇ ਬਾਹਰ ਕੋਈ ਕਪੜੇ ਐਟਮੋਸਫੇਅਰ ਹੀ ਕਰ ਲਿਆ ਜੀ ਬੜਾ ਸਕੂਨ ਰਾਤ ਨੂੰ ਉਹ ਗਾਈਆਂ ਦੇ ਟੱਲੀਆਂ ਦੀ ਆਵਾਜ਼ ਦੂਰੋਂ ਦੂਰੋਂ ਆਉਂਦੀ ਟਨ ਟਨ ਜਿਸਦੇ ਜਾਨਵਰ ਆਉਂਦੇ ਨੇ ਤੇ ਇੱਕ ਲੀਡ ਕਰ ਰਿਹਾ ਹੁੰਦਾ ਤੇ ਕੜਾਂ ਫਿਰ ਨਾਲ ਉੱਥੇ ਤੁਸੀਂ ਰਾਤ ਨੂੰ ਜਿਸਲੇ ਅਸਮਾਨ ਨਾਲ ਤੱਕਦੇ ਤਾਂ ਲੱਗਦਾ ਤਾਰੇ ਜਿਹੜੇ ਤੁਹਾਡੇ ਸਿਰ ਦੇ ਉੱਤੇ ਗਿਰੇ ਉਹ ਤਾਂ ਸਾਫ ਇਹ ਹੁੰਦਾ ਹੀ ਨਹੀਂ ਕਿਤੇ ਅਸਮਾਨ ਜਿੰਨਾ ਚੋਲਸਤਾਨ ਚ ਹੁੰਦਾ ਬੜੀ ਮੇਰੇ ਮਾਲਕ ਦੀ ਉੱਥੇ ਰੌਣਕ ਦੇਖਣ ਵਾਲੀ ਚੋਲਸਤਾਨ ਦੇ ਵਿੱਚ ਇਹਨਾਂ ਨੇ ਤਾਂ ਫਿਰ ਟੀਵੀ ਡਰਾਮਾ ਕੀਤਾ ਨਾ ਆ ਮੇਰੇ ਉਧਰ ਸ਼ੂਜ਼ ਪਏ ਯਾਰ ਉੱਥੇ ਲੈ ਮੈਂ ਪਾਉਣੇ ਆ ਪਰ ਲੱਗਣ ਡਿਆ ਸ਼ੂਜ਼ ਇਹਨਾਂ ਨੇ ਤਾਂ ਜੀ ਫਿਰ ਡਰਾਮੇ ਕੀਤੇ ਆ ਪੂਰੀ ਦੁਨੀਆ ਦੇਖੀ ਆ ਪਾਕਿਸਤਾਨ ਦਾ ਚੱਪਾ ਚੱਪਾ ਗਾਤਾ ਇਹਨਾਂ ਨੇ ਆ ਡਰਾਮਿਆਂ ਡਰੂਮਿਆਂ ਦੇ ਵਿੱਚ ਇਹਦੇ ਮੇਰਾ ਧਿਆਨ ਕਰ ਆਈਐਸਪੀਆਰ ਦੇ ਸਾਰੇ ਸੀਰੀਅਲ ਜਿਹੜੇ ਬਣੇ ਸਭ ਕੇ ਗਏ ਸਮੀ ਇੱਕ ਸੀਰੀਅਲ ਕਿ ਬਿਲਕੁਲ ਕਿ ਕੀ ਨਾਂ ਸੀ ਇਸ 47 ਸੀ ਉਹਦਾ ਹਾਂ ਕਵੀ ਖਾਨ ਤੇ ਮੈਂ
ਤੇ ਉਹ ਸਾਨੂੰ ਲੈ ਕੇ ਉਹਨਾਂ ਨੇ ਕਿਹਾ ਜੀ ਉੱਥੇ ਤੁਹਾਡਾ ਕੰਮ ਜਿਹੜਾ ਨਾ ਮੁਜ਼ਫਰਾਬਾਦ, ਅਸੀਂ ਮੁਜ਼ਫਰਾਬਾਦ ਦੇ ਚੱਕਰੇ ਚਲੇ। ਉੱਥੇ ਜਿਹੜੇ ਅਸੀਂ ਚਲੇ ਗਏ ਤਾਂ ਉਹਨਾਂ ਨੇ ਕਿਹਾ ਜੀ ਇੱਥੇ ਹੁਣ ਹੈਲੀਕਾਪਟਰ ਤੇ ਅੱਗੇ ਜਾਣਾ, ਮੈਂ ਸਮਝ ਗਿਆ ਮੈਂ ਕਿਹਾ ਖਾਨ ਸਾਹਿਬ ਸਾਨੂੰ ਮਾਰ ਦੇਣਗੇ। ਕਹਿੰਦੇ ਉਹਨਾਂ ਨੇ ਸਾਨੂੰ ਬਰਫਾਂ ਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਉੱਥੇ ਬਣਿਆ ਸੀ ਇੱਕ ਜਗ੍ਹਾ ਜਗ੍ਹਾ ਮਿਲਟਰੀ ਵਾਲੇ ਦੀ, ਉਹਨਾਂ ਦਾ ਡਰਾਮਾ ਸੀ। ਉਹ ਫਿਰ ਅਸੀਂ ਕਿੰਨੇ ਦਿਨ ਉੱਥੇ ਰਹਿ ਗਿਆ। ਮੀਂਹ ਚੱਲੀ ਜਾਂਦਾ ਪਰ ਆਂਦੇ ਵੀ ਸ਼ੂਟ ਨੀ ਚੱਲਣਾ ਹਟਣਾ, ਇੰਦਰ ਮੁੰਡੇ ਹੂਟੇ ਲੈਂਦੇ ਪਏ ਆ ਮੋਨਨ ਤੇ ਇਹਦਾ ਕੀ ਨਾਂ ਹੈ ਅਹਿਮਦ ਤੇ ਆ ਸੁਰੇਸ਼ ਸਾਹਿਬ ਦਾ ਬੋਲ ਹੈ ਜਿੱਥੇ 1.5 ਲੱਖ ਦਰਖਤ ਬਹਿੰਦਾ ਬੂਟ ਬਹਿੰਦਾ ਪਰਿੰਦਾ ਚਿੜੀਆਂ ਤੋਤੇ 1.5 ਲੱਖ ਬਿੱਠਾ ਤੇ ਬੜੀਆਂ ਵਾਕਈ ਬਹੁਤ ਬਿੱਠਾ ਬਹੁਤ ਬਿੱਠਾ ਬਹੁਤ ਬਿੱਠਾ ਜੀ ਇੱਥੇ ਬਹਿਣਾ ਔਖਾ ਹੋਇਆ ਹੈ ਬਹੁਤ ਤੰਗੀ ਬਣੀ ਤੇ ਪਰ ਇਹ ਫਿਰ ਵੀ ਚਿੜੀਆਂ ਤੋਤੇ ਲੱਭਦੇ ਨੇ ਇਹਨਾਂ ਨੂੰ ਕਿੱਥੇ ਘਲੀਏ ਲੱਭਦੇ ਨੇ ਵਾਕਈ ਕੀ ਗੱਲ ਚਿੱਤਰ ਸੋ ਦੁਖਦੇ ਆ ਕਮਲਜੀਤ ਦੋ ਨਿਆਣੇ ਨਾ ਲੜਦੇ ਪਏ ਤੇ ਕੋਈ ਛਡਾਉਣ ਵਾਲਾ ਕੋਈ ਨੀ ਸੀ ਇੱਕ ਨੇ ਦੂਏ ਨੂੰ ਟਾਇਆ ਹੋਇਆ ਤੇ ਕੋਈ ਗਲੀ ਚ ਹੈ ਹੀ ਨੀ ਛਡਾਉਣ ਵਾਲਾ ਉਹ ਕਹਿੰਦਾ 2 ਮਿੰਟ ਕਹਿੰਦਾ ਕਹਿੰਦਾ 2 ਮਿੰਟ ਰੁਕੀ ਬਾਹ ਬਲਦਾ ਲੈਣ ਦੇ ਪੁਲਿਸ ਵਾਲਾ ਆਪ ਹੀ ਥੱਕ ਗਿਆ ਇਕੱਲੇ ਹੀ ਥੱਕ ਗਿਆ ਗੁੱਸਾ ਕਰ ਰਿਹਾ ਆਵੇਂ ਉਹ ਬੱਕਰੇ ਇਹਨੇ ਡੱਕੇ ਆ ਆਂਦਾ ਸੀ ਵੀ ਇਹ ਨਿੱਕੇ ਆ ਵੱਡੇ ਹੋਣਗੇ ਕਰਕੇ ਆਂਦਾ ਫਿਰ ਖਵਾਵਾਂਗੇ ਤੁਹਾਨੂੰ ਹਾਂਜੀ ਠੀਕ ਹੈ ਨਹੀਂ ਕੀਤਾ ਬੱਕਰਾ ਹੋਇਆ ਆਪਾਂ ਹਾਂ ਬੱਕਰਾ ਵੱਡਿਆ ਹੀ ਅੱਜ ਹਾਂਜੀ ਤੇ ਕੀ ਖਵਾਏਗਾ ਫਿਰ ਕੀ ਕਹਿਣ ਡਿਆ ਹੈ ਕੀ ਕਹਿਣ ਡਿਆ ਤੂੰ ਕੀ ਹੀਰਵਨ ਕੀ ਖਵਾਵਾਂ ਆ ਕੀ ਆ ਮੈਂ ਕਿਹਾ ਸਭ ਵੱਧ 5 ਲੱਖ ਰੁਪਈਆ ਲੈ ਲੈ ਮੇਰੀ ਫਿਲਮ ਚ ਹੀਰਵਨ ਪਾ ਦੇ ਇਹ ਛੜਿਆਂ ਦੀ ਫਿਲਮ ਵਿੱਚ ਜਨਾਨੀ ਕੋਈ ਨਹੀਂ ਬੇਸ਼ਕ ਤੂੰ ਕਹਿ ਬਟਵਾਰਾ ਫਿਲਮ 76 ਸਾਲ ਬਟਵਾਰਾ ਹੋਏ ਨੂੰ 76 ਸਾਲ ਹੋ ਗਏ ਤੇ ਚਿੰਤਾ ਸਾਨੂੰ ਵੱਖ ਨਹੀਂ ਕਰ ਸਕੀ ਮੈਨੂੰ ਅੱਜ ਪਤਾ ਲੱਗਾ 76 ਸਾਲ ਹੋ ਗਏ ਮੈਂ ਸਮਝਿਆ ਘੰਟਾ ਹੋਇਆ ਮਰ ਜਾ ਫਿਰ ਤੂੰ ਇਹ ਰਿਸ਼ਤੇ ਤੇ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਡੇ ਹੁੰਦੇ ਸਾਹਿਬ ਜੀ ਤੁਸੀਂ ਸਾਡੇ ਲਈ ਇੰਨਾ ਨਹੀਂ ਸਰਦਾਰ ਜੀ ਮੈਂ ਤਾਂ ਤੁਹਾਡੇ ਵਾਸਤੇ ਹਰ ਸ਼ਹਿਦਾਤ ਲਾਣ ਨੂੰ ਤਿਆਰ ਹਾਂ ਖੂਨ ਦੀ ਬੋਤਲ ਦੇਣ ਨੂੰ ਤਿਆਰ ਨਹੀਂ ਸਾਹਿਬ ਜੀ ਖੂਨ ਦੇਗਾ ਹਾਂਜੀ ਮੇਰਾ ਇਹ ਨੈਗੇਟਿਵ ਖੂਨ ਹੈ ਸਰਦਾਰ ਜੀ ਮੈਂ ਉਹ ਬੋਤਲ ਦੇਣ ਨੂੰ ਤਿਆਰ ਹਾਂ ਦੋ ਬੋਤਲਾਂ ਇਸ ਤੋਂ ਅੱਗੇ ਡਾਇਲਾਗ ਕੀ ਹੈ ਬੇਸ਼ੱਕ ਸਾਨੂੰ ਵੱਖ ਹੋਇਆ ਨੂੰ 76 ਸਾਲ ਹਾਂਜੀ ਬੋਤਲ 2 ਲੀਟਰ ਦੀ ਚਾਹੀਦੀ ਸਾਨੂੰ ਯਾਰ ਕਰੈਕਟਰ ਚ ਰਹਿ ਹਾਂ 76 ਸਾਲ ਹੋ ਗਏ ਇਹਨਾਂ ਦਾਦਾ ਆਪਣੀ ਪੋਤਰੀ ਨੂੰ ਝੂਟੇ ਦੇਣ ਡਿਆ ਇਹ ਦਾਦੇ ਪੋਤਰੀ ਦਾ ਪਿਆਰ ਹੈ
ਕੀ ਨਾਂ ਤੇਰਾ? ਵਾਹ ਚਿਤਰਲ ਕਾਲ ਸਾਡੀ ਗੱਲਬਾਤ ਹੁੰਦੀ ਆ ਤੇ ਤੁਸੀਂ ਵੀ ਆਓ ਬੈਠੋ ਅਸਲਾਮ ਵਾਲੇਕਾ ਆ ਜਾਓ ਸਾਰੇ ਤੁਹਾਨੂੰ ਮਿਲਣਾ ਹੈ ਫੈਨ ਨੇ ਤੁਹਾਡੇ ਨਹੀਂ ਤੂੰ ਮਿਲਿਆ ਮਤਲਬ ਤਸਵੀਰ ਤਸਵੀਰ ਬਣਾ ਲਈ ਮੁੰਡੇ ਨੇ ਦੁਖੀ ਜੀ ਕਰਤੀ ਬਹੁਤ ਹੀ ਅੱਖਾਂ ਹੀ ਨੀ ਖੋਲ ਰਹੀਆਂ ਇਹ ਰੋਣ ਵਾਲਾ ਸੀਨ ਹੈ ਐਂਡ ਤੇ ਰਵਾਉਣ ਵਾਲਾ ਤੇ ਅੰਜਮ ਨੇ ਲਾ ਲਈ ਆ ਵਿਕਸ ਆ ਮੈਂ ਕਦੀ ਲਾਈ ਨੀ ਮੈਂ ਕਿਹਾ ਜਦੋਂ ਲਾਗੇ ਜਾਊ ਨਾ ਕੰਮ ਉਦੋਂ ਲਾਵਾਂਗੇ ਤਕਲੀਫ ਵੀ ਚੱਕੀ ਆ ਹੁਣ ਕੈਮਰੇ ਚ ਵੀ ਮੈਂ ਵੀ ਹੁਣ ਕੈਮਰੇ ਦੇ ਵਿੱਚ ਲਿਓ ਵੀ ਇਹ ਨਾ ਹੋਵੇ ਵੀ ਸਾਰੀ ਤਕਲੀਫ ਮੈਂ ਚੱਕੀ ਪੂਰਾ ਕਿਰਦਾਰ ਚ ਖੁੱਭ ਗਿਆ ਯਾਰ ਤੂੰ 5 ਲੱਖ ਭਰੇ ਡੱਕ ਚੋਂ ਪਾਣੀ ਨਿਕਲ ਗਿਆ ਨਾਲ ਅੱਛਾ ਮਿਹਨਤ ਇਹਨੂੰ ਆਉਂਦੇ ਮਿਹਨਤ ਤੇ ਉਹ ਕਿੱਥੇ ਆ ਮੇਰੇ ਉਹਨੂੰ ਕਹਿ ਕੇ ਗੱਲ ਲੱਗ ਛੇ ਛੇਤੀ ਉਹ ਹੁਣ ਰੋ ਰਿਹਾ ਮੈਂ ਝਾੜ ਨੂੰ ਭਾਵੇਂ ਨਾ ਰੋਣਾ ਲੱਗੂਗਾ ਲੱਗ 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 ਤੁਸੀਂ ਹੈ ਜੀ ਸਰਦਾਰ ਚੱਲੇ ਬਹੁਤ ਬਹੁਤੀ ਨਾ ਬੈਠਾ ਬਾਰਿਸ਼ ਮੀਂਹ ਵੀ ਪੈਣ ਲੱਗ ਪਿਆ ਉਹ ਸ਼ਾਦ ਕਿੱਥੇ ਆ ਬੰਦੇ ਚਾਹੀਦੇ ਹੋ ਕਿੱਥੇ ਚੱਲ ਗਿਆ ਅਲਵਿਦਾ ਕਰਨ ਵਾਲੇ 50 ਦੇ 50 ਰੋ ਪਏ ਇਹ ਕਹਿੰਦਾ ਦਾ ਸ਼ੋਰਟ ਸੀ ਉਹ ਕਰਕੇ ਅਸੀਂ ਹੁਣ ਵਿਹਲੇ ਹੋਏ ਤੇ ਆ ਕੇ ਫਿਰ 16 ਤਰੀਕ ਦੇ ਵਿੱਚ ਰਸ਼ ਸਾਹਿਬ ਫ੍ਰੀ ਹੋ ਗਏ ਰਸ਼ ਸਾਹਿਬ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੁਹਾਡੀਆਂ ਜਿਸ ਤਰ੍ਹਾਂ ਤੁਸੀਂ ਐਕਟਿੰਗ ਦੇ ਵਿੱਚ ਅੰਦਰ ਖੁੱਭ ਕੇ ਐਕਟਿੰਗ ਕੀਤੀ ਕੀ ਬਾਤ ਹੈ ਕੀ ਬਾਤ ਹੈ ਸਾਰੇ ਬਹੁਤ ਅੱਛੇ ਸੀ ਯਾਰ ਬਹੁਤ ਤੂੰ ਵੀ ਮੁੰਡਿਆ ਬਹੁਤ ਵਧੀਆ ਐਕਟਿੰਗ ਕੀਤੀ ਵੱਖਰੀ ਗੱਲ ਬੋਲਿਆ ਨਹੀਂ ਆ ਲਾਉਣੀ ਮੈਂ ਕਿਹਾ ਮੁੰਡਿਆ ਬਹੁਤ ਵਧੀਆ ਐਕਟਿੰਗ ਕੀਤੀ ਵੱਖਰੀ ਗੱਲ ਬੋਲਿਆ ਨੀ ਤੁਸੀਂ ਸੁਹਾਇਆ ਸਾਹਿਬ ਵੇਖ ਰਿਹਾ ਅਗਲੀ ਫਿਲਮ ਚ ਕੀ ਹੋਇਆ
ਕਿਆ ਬਾਤ ਮਿਲਣੀ ਹੋ ਰਹੀ ਹੁਣ ਬਹੁਤ ਚੰਗਾ ਲੱਗਾ ਅਗਲੇ ਸਾਡੇ ਵਾਲੇ ਕੁਛ ਰਹਿੰਦੇ ਆ ਬੰਦੇ ਸਾਡੇ ਸਬਆਰਡੀਨੇਟ ਥੱਕੇ ਆ ਆਂਦੇ ਵੀ ਵਰਦੀ ਲਾ ਦੀ ਆ ਬਹੁਤੇ 24 ਘੰਟੇ ਪੁਲਿਸ ਵਾਲੇ ਪਾਉਂਦੇ ਆ ਉਧਰੋਂ ਹੋ ਰਿਹਾ ਸ਼ੂਟ ਤੇ ਇਧਰੋਂ ਆ ਗਈ ਚਾਹ ਚਾਹ ਆ ਗਈ ਚਾਹ 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 ਫੜਾ ਦੇ ਉਹਨਾਂ ਦੇ ਹੁਣ ਅਬੂਆ ਬੰਦ ਕਰ ਦਰਵਾਜ਼ਾ ਬੰਦ ਕਰੀਆ ਦਰਵਾਜ਼ਾ ਬੰਦ ਕਰੀ ਪੁੱਤ ਇਹ ਪਿੱਛੇ ਸਾਡੇ ਉਹ ਬੈਠੇ ਆ ਪੁਲਿਸ ਵਾਲੇ ਹੈ ਬਸ ਇੱਥੇ ਰੋਕ ਲਾ ਅੱਗੋਂ ਸ਼ੂਟ ਕਰ ਲੈਣੇ ਆ ਨਹੀਂ ਕਰਨੀ ਗੱਡੀ ਨਹੀਂ ਤੇ ਨਹੀਂ ਅੱਗੇ ਪਿੱਛੇ ਕਰਨੀ ਮੋਨੀਟਰ ਚਾਹ ਆ ਗਈ ਹੈ ਠੰਡ ਹੋ ਗਈ ਮੈਂ ਤੋਦਾ ਕਰਕੇ ਸਰਦਾਰ ਜੀ ਓ ਸਰਦਾਰ ਜੀ ਬਾਏ 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 ਸਰਦਾਰ ਜੀ ਮੈਂ ਕੋਈ ਨੀ ਆਣਾ 5 ਲੱਖ ਕਿੱਥੋਂ ਲਾਣਾ ਛਡਾ ਲੋ ਕਿੰਨੇ ਪਾਪੜ ਵੇਲਣੇ ਪੈਂਦੇ ਫਿਲਮ ਲਈ ਫਿਲਮ ਐਵੇਂ ਬਣਦੀ ਬੜਾ ਔਖਾ ਕੰਮ ਐਸਐਚਓ ਤੇਰੀ ਐਕਟਿੰਗ ਬੜੀ ਸੀ ਆ ਤੂੰ ਜਦੋਂ ਮੈਨੂੰ ਦਾਬਾ ਦੜਕਾ ਮਾਰਿਆ ਮੈਂ ਸੱਚੀ ਡਰ ਗਿਆ ਹਾਂ ਖੌਫ ਆਂਦਾ ਜੋ ਨੇ ਯਕੀਨ ਕਰ ਮੇਰਾ ਦਿਲ ਕਰਨਿਆ ਵੀ ਆ ਬੂਟ ਨੇ ਤੇਰੇ ਦੋ ਠੁੱਡਾ ਮਾਰਾਂ ਤੇਰੀਆਂ ਵੱਖੀਆਂ ਉਹ ਵੱਖਰਾ ਬਣਾ ਲੈਨੇ ਹਾਂ ਉਹ ਜੇ ਠੁੱਡੇ ਮਾਰਨੇ ਬਹੁਤਾ ਹੀ ਜੀ ਕਰਦਾ ਮੈਂ ਵੱਖਰੇ ਬਣਾ ਲੈਨੇ ਲਓ ਵੀ ਇੱਕ ਲੋਕੇਸ਼ਨ ਤੋਂ ਨਿਕਲ ਕੇ ਦੂਜੀ ਲੋਕੇਸ਼ਨ ਤੇ ਚੱਲੇ ਆ ਤੇ ਸਾਨੂੰ ਵੀ ਹੁਣ ਪਤਾ ਲੱਗਾ ਵੀ ਇਹ ਕੰਮ ਸੌਖਾ ਸੌਖਾ ਕੋਈ ਨਹੀਂ ਹੈਗਾ ਬਹੁਤ ਔਖਾ ਕੰਮ ਪਰ ਇਹ ਆ ਵੀ ਸਵਾਦ ਆ ਗਿਆ ਜਿਹੜਾ ਆ ਬਣਾਇਆ ਨਾ ਜੀ ਪੂਰੀ ਫਿਲਮ ਕੰਮ ਔਖਾ ਇਹ ਚ ਕੋਈ ਪਤਾ ਅੱਜ ਹੀ ਲੱਗਿਆ ਵੀ ਬਹੁਤ ਔਖਾ ਕੰਮ ਆ ਇਹਦੇ ਪਿੱਛੇ ਬੜੀ ਮਿਹਨਤ ਹੁੰਦੀ ਹੈ ਰੇਲਵੇ ਟਰੈਕ ਹੈ ਉੱਧਰ ਉੱਧਰ ਜਾਣਾ ਆਪਾਂ ਉੱਥੇ ਕੁਛ ਸ਼ਾਰਟ ਉੱਥੇ ਰਹਿੰਦੇ ਆ ਕਰਨ ਵਾਲੇ ਉਹ ਕਰਕੇ ਤੇ ਸਾਨੂੰ ਘੰਟਾ ਅੱਧਾ ਕੁ ਪੌਣਾ ਘੰਟਾ ਰਹਿ ਗਿਆ ਬਸ ਦਿਨ ਡੁੱਬਣ 'ਚ ਵੀ ਉਸ ਤੋਂ ਬਾਅਦ ਫਿਰ ਅੱਜ ਦਾ ਵਲੌਗ ਵੀ ਆਪਾਂ ਜਿਹੜਾ ਵਾ ਬਸ ਕਰ ਦਾਂਗੇ ਨਾਲ ਦੀ ਨਾਲ ਸੁਰੇਸ਼ ਸਰ ਸਾਨੂੰ ਵੀ ਸਿੱਖਣ ਦਾ ਮੌਕਾ ਮਿਲਿਆ ਹਾਂਜੀ ਜਿਹੜੀ ਅਸਲ ਗੱਲ ਅੱਗੋਂ ਅਸੀਂ ਇੱਕ ਵੈਬ ਸੀਰੀਜ਼ ਫਿਲਮ ਕਰਨ ਜਾ ਰਹੇ ਹਾਂ ਬਹੁਤ ਜ਼ਿਆਦਾ ਉਹ ਵੀ ਆ ਤੁਹਾਡੇ ਰੂਬਰੂ ਕਰਾਂਗੇ ਇਨਸ਼ਾਅੱਲਾ ਤੇ ਨਾਲੇ ਸਾਨੂੰ ਇਹ ਥੋੜ੍ਹਾ ਜਿਹਾ ਲਰਨਿੰਗ ਪ੍ਰੋਸੈਸ 'ਚ ਅਸੀਂ ਲੰਘਾਂਗੇ ਸਾਨੂੰ ਪਤਾ ਲੱਗੇਗਾ ਕਿਉਂਕਿ ਸਾਡੇ ਕੋਲ ਇੰਨੀਆਂ ਟੀਮਸ ਇੱਥੇ ਹੈ ਨਹੀਂ ਗੀਆਂ ਜਿਸ ਤਰ੍ਹਾਂ DOP ਡਾਇਰੈਕਟਰਸ ਜਾਂ ਪੰਜਾਬੀ ਸਿਨੇਮਾ ਨੂੰ ਲੈ ਕੇ ਮਤਲਬ ਵੀ ਲੋਅ ਬਜਟ ਸਾਡੇ ਵਾਲਾ ਜਿਹੜਾ ਲੋਅ ਬਜਟ ਉਹਨੂੰ ਲੈ ਕੇ ਇੰਨੇ ਨਹੀਂ ਹੈ ਸੜਕ ਆਪਸ਼ਨਸ ਨਹੀਂ ਹੈ ਸੋ ਆਪਸ਼ਨਸ ਵੀ ਕ੍ਰੀਏਟ ਜਿਹੜੀਆਂ ਅਸੀਂ ਆਪ ਹੀ ਕਰਨੀਆਂ ਇਨਸ਼ਾਅੱਲਾ ਉਹ ਕ੍ਰੀਏਟ ਕਰਾਂਗੇ ਤੇ ਫੇਰ ਹੀ ਆਪਾਂ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਆ ਕਰ ਸਕਾਂਗੇ ਸੋ ਹੋਪਫੁਲੀ ਸਾਨੂੰ ਇਹ ਤੋਂ ਜਿਹੜਾ ਹੁਣ ਅਸੀਂ 2-4 ਦਿਨ ਸਾਡੇ ਲੰਘਣੇ ਆ ਤੇ ਅਸੀਂ ਲਰਨਿੰਗ ਪ੍ਰੋਸੈਸ ਨੂੰ ਚੰਗੀ ਤਰ੍ਹਾਂ ਅਬਜ਼ਰਵ ਕਰਾਂਗੇ ਸਿੱਖਣ ਦੇ ਵਿੱਚ ਅਸੀਂ ਕੋਸ਼ਿਸ਼ ਕਰਨੇ ਆ ਵੀ ਸਾਰੇ ਨਾਲ ਇੱਥੋਂ ਆਪਣੇ ਸਮੀ ਹੋ ਗਿਆ ਇੱਕ ਹੋਰ ਕੈਮਰਾਮੈਨ ਉਹਨੂੰ ਨਾਲ ਲਾਇਆ ਤਾਂ ਕਿ ਪਤਾ ਲੱਗੇ
ਡੀਓਪੀ ਦਾ ਪਤਾ ਲੱਗੇ ਸੋ ਕੁਛ ਨਾ ਕੁਛ ਛੋਟਾ ਮੋਟਾ ਕਰਕੇ ਤੁਹਾਡੇ ਰੂਬਰੂ ਜਿਹੜੇ ਕਰਦੇ ਰਹਾਂਗੇ ਤਾਂ ਕਿ ਇੱਧਰਲੇ ਪੰਜਾਬ ਪਾਕਿਸਤਾਨ ਪੰਜਾਬ ਦੀ ਇੰਡਸਟਰੀ ਵੀ ਜਿਹੜੀ ਵਾ ਥੋੜ੍ਹੀ ਥੋੜ੍ਹੀ ਬਹੁਤੀ ਗਰੋ ਕਰ ਸਕੇ ਕਿਉਂਕਿ ਸਾਡੇ ਕੋਲ 13 ਕਰੋੜ ਪੰਜਾਬੀ ਨੇ ਇੱਧਰਲੇ ਪਾਸੇ ਪੰਜਾਬ ਦੇ ਵਿੱਚ ਪਾਕਿਸਤਾਨ ਪੰਜਾਬ ਦੇ ਵਿੱਚ ਅਤੇ ਬਹੁਤ ਵੱਡੀ ਮਾਰਕੀਟ ਹੈ ਜੇ ਉਹਨੂੰ ਗ੍ਰੈਬ ਕੀਤਾ ਜਾਵੇ ਜੇ ਪਾਕਿਸਤਾਨ ਗੌਰਮੈਂਟ ਇਹਨੂੰ ਬਿਲਕੁਲ ਸਪੋਰਟ ਕਰੇ ਤਾਂ ਮੈਨੂੰ ਲੱਗਦਾ ਬਹੁਤ ਵਧੀਆ ਹੋ ਸਕਦਾ ਹਾਂਜੀ ਬਿਲਕੁਲ ਬਿਲਕੁਲ ਅਤੇ ਬਾਕੀ ਇਹ ਵੀ ਢਿੱਲੂ ਸਾਹਿਬ ਅੱਜ ਤੁਹਾਡੀ ਵੀ ਐਕਟਿੰਗ ਦੇਖੀ ਆ ਸਰ ਬਹੁਤ ਸੋਹਣੀ ਮਾਸ਼ਾਅੱਲਾਹ ਵੀ ਜਿਹੜੇ ਸਾਹਮਣੇ ਆ ਸਕਣਗੇ ਯਾਰ ਤੂੰ ਬਣਾਇਆ ਕਹਿ ਕੇ ਮੈਨੂੰ ਗੁਰਚੇਤ ਕਹਿੰਦਾ ਇਹਨੇ 2 ਲੱਖ ਰੁਪਇਆ ਦਿੱਤਾ ਵੀ ਇਹਦਾ ਇਹ ਸੀਨ ਲੰਗੜਾ ਬਣਾ ਕੇ ਲੈਣਾ ਹਾਏ ਮੈਂ ਚੰਗਾ ਭਲਾ ਨਹੀਂ ਹੈ ਚੰਗਾ ਭਲਾ ਅਸੀਂ ਇਹਦਾ ਭਾਈ ਸੀਨ ਪਾਇਆ ਵਿੱਚ ਨਾ ਲੰਗੜਾ ਬਣਾ ਕੇ ਨਾ ਥੋੜਾ ਜਿਹਾ ਐਂਟੀ ਚ ਮਾਰਦਾ ਹੈ ਕਰਦਾਰ ਛੋਟਾ ਨੀ ਹੁੰਦਾ ਕਰਨ ਵਾਲਾ ਹੋਣਾ ਚਾਹੀਦਾ ਹਾਂਜੀ ਪਰ ਵੱਡੇ ਹਮੇਸ਼ਾ ਕਰਦਾਰ ਤੁਸੀਂ ਆਪ ਐਸੇ ਚੋਂ ਬਣ ਗਿਆ ਮੈਨੂੰ ਲੰਗੜਾ ਬਣਾ ਚਲੋ ਖੈਰ ਜੀ ਸਾਡੀ ਫਿਲਮ ਦੇਖਿਓ ਸਾਂਝਾ ਪੰਜਾਬ ਫੈਮਿਲੀ 440 ਚਲੋ ਆ ਗਏ ਅਸੀਂ ਟਰੈਕ ਤੇ ਰੇਲਵੇ ਟਰੈਕ ਤੇ ਸ਼ਾਰਟ ਆ ਉਹ ਕਰਕੇ ਫੈਮਿਲੀ 440 ਨਾਲ ਗੱਲਬਾਤ ਕਰਦੇ ਲਾ ਜੀ ਅੰਜਮ ਸਰੋਏ ਦੇ ਮਾਮੇ ਦੇ ਡੇਰੇ ਤੋਂ ਗੱਡੀ ਪੁਲਿਸ ਦੀ ਫਿਰਦੀ ਨਾਲ ਬੰਗਲੇ ਵਾਕਈ ਬਹੁਤ ਉੱਤੇ ਬੈਠੇ ਆ ਬੰਗਲੇ ਬੰਗਲੇ ਇੱਕ ਮਿੰਟ ਉੱਡਣ ਦੇ ਨਾ ਕਿਤੇ ਤੁਹਾਨੂੰ ਦਿਖਾਵਾ ਚਲੋ ਉੱਡ ਦਿਆ ਕਿ ਮੈਂ ਸਟੋਰੀ ਲਾਈ ਆ ਇੰਸਟਾਗ੍ਰਾਮ ਤੇ ਬਹੁਤ ਹੈ ਸੀ ਪਰ 1.5 ਲੱਖ ਨਹੀਂ ਸੀ ਰੇਲਵੇ ਟਰੈਕ ਦੇ ਨਾਲ ਨਾਲ ਸਾਡੇ ਸ਼ਾਰਟ ਰਹਿੰਦੇ ਨੇ ਸ਼ਾਰਟ ਕਰਨ ਦੇ ਵੀਡੀਓ ਦੇ ਅੱਗੇ ਆ ਜਾਓ ਸਰਵਾ ਸਾਹਿਬ ਅਤੇ ਆਹ ਮੂਤਣ ਲੱਗਾ ਬੰਦਾ ਆਪਾਂ ਕੈਮਰਾ ਇੱਧਰ ਨੂੰ ਕਰ ਲੈਂਦੇ ਹਾਂ ਸਰਵਾ ਸਾਹਿਬ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਅਫਸਰ ਸਾਹਿਬ ਤੁਸੀਂ ਤਾਂ ਥੱਕ ਗਏ ਜੀ ਹਾਂਜੀ ਹਾਂਜੀ ਇਹ ਫਿਲਮ ਦੇ ਨਾਲ ਅਫਸਰ ਲਿਆ ਸਵੇਰ ਦੀ ਡਿਊਟੀ ਤੇ ਹੈ ਨਾ ਹਾਂਜੀ ਥੱਕ ਗਏ ਡਬਲ ਚੱਲਦੇ ਆ ਨਾ 24 ਘੰਟੇ ਡਿਊਟੀ ਹੈ ਬੋਤਲਾਂ ਪੀ ਪੀ ਕੇ ਚਾਹਾਂ ਪੀ ਪੀ ਕੇ ਹਰ ਥਾਂ ਤੇ ਆ ਢਿੱਡ ਦੇਖੋ ਤੇ ਆਹ ਸਾਡੇ ਰਵੀ ਭਾਈ ਸਾਹਿਬ ਕੈਮਰਾਮੈਨ ਬਹੁਤ ਵਧੀਆ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਿਆ ਇਹਨਾਂ ਤੋਂ ਤੇ ਆਹ ਪ੍ਰਾਹੁਣਾ ਸਾਹਿਬ ਨੇ ਇਹ ਐਮ ਬੱਕਰੀ ਨੇ ਬਹੁਤੇ ਦਾਣੇ ਖਾੜੇ ਫੂ ਹੋਈ ਉਹ ਮੈਂ SDO ਯਾਰ ਕਮਾਲ ਕੀ ਜਨਾ ਆ ਬਹਿ ਜਾ ਤੂੰ SDO ਐਡਾ SDO ਪੱਖੇ ਲਹਾਉਂਗਾ ਲੈ ਕੀ ਗੱਲ ਆ ਇਹ ਪਹਿਲਾ ਡਾਇਲੌਗ ਤੁਹਾਡੇ ਹੀ ਆ ਡਾਇਲੌਗ ਆ ਗਿਆ ਹੁਣ ਬੰਦਾ ਲੈ ਕੇ ਤੇ ਬੰਦ ਕਰਨ ਲੱਗੇ ਆਪਾਂ ਡਾਇਲੌਗ ਆ ਗਿਆ ਹਾਂ ਚਾਰੀ ਅੰਬਲੀ ਗਿਆ ਗੁਰਚੇਤ ਵੇਖੋ ਵੱਟੇ ਵੱਟ ਤੇ ਆ ਜਾਂਦਾ ਹੈਲੋ ਹੈਲੋ ਗੁਰਚੇਤ ਕਿੱਧਰ ਉਹ ਚੱਲੇ ਆ ਚਲੋ ਚਲੋ ਪਹੁੰਚੋ ਆਏ ਵਾਹ ਵਾਹ ਇਕੱਠੀ ਹੋ ਗਈ ਲਾ ਵੀ ਦੋਸਤੋ ਇਹ ਸੀ ਸਾਡਾ ਅੱਜ ਦਾ ਵਲੌਗ 4-5 ਲੋਕੇਸ਼ਨਾਂ ਤੇ ਗਏ ਤੁਹਾਡੇ ਨਾਲ 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 ਆਪਾਂ ਸ਼ੁਗਲ ਵੀ ਲਾਉਂਦੇ ਰਹੇ ਹਾਸਾ ਖੇਡਾਂ ਵੀ ਕਰਦੇ ਰਹੇ ਆਪਣੇ ਇਹਨਾਂ ਦਾ ਬਹੁਤ ਸ਼ੁਕਰੀਆ ਇਹਨਾਂ ਬਹੁਤ ਸਾਥ ਦਿੱਤਾ ਸਾਰਾ ਦਿਨ ਪੁਲਿਸ ਵਾਲੇ ਬਣ ਕੇ ਭੁੱਖੇ ਧਮਾਣੇ ਫਿਰਦੇ ਰਹੇ ਸਾਡੇ ਨਾਲ ਲੇਕਿਨ ਇਹ ਆ ਇਹਨਾਂ ਨੂੰ ਡਾਲੇ ਚ ਉਤਰਨਾ ਚੜਨਾ ਆ ਗਿਆ ਭਾਈ ਥੋੜਾ ਜਿਹਾ ਤਜਰਬਾ ਹੋ ਗਿਆ ਵੀ ਪੁਲਿਸ ਵਾਲੇ ਕਿਵੇਂ ਰਹਿੰਦੇ ਆ ਕਿਵੇਂ ਬਹਿੰਦੇ ਆ ਕੀ ਹਿਸਾਬ ਕਿਤਾਬ ਕਰਦੇ ਆ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਉਦੋਂ ਤੱਕ ਦੋ ਸਾਨੂੰ ਇਜਾਜ਼ਤ ਮਿਲਾਂਗੇ ਫਿਰ ਰੱਬ ਰੱਖਾ।